उस तरीके का असर जो सरकार से पवेगा जो अभी लंबे समय तो मांग कर रहे हैं कि सिखा लिए अलग कानून क्यों लगे। वैरियां का रोना तो हैरान होना बाकी है, जित साड़ी पक्की है, ऐलान होना बाकी है कि इन्हों का संविधान सानू जरायम पेशा कौम कहता है। ये तो लड़ाकू जे लोग ने तो हथियार चक्की हुए। तो देश का प्रधानमंत्री जिन्हां बंदियां ने मारिया उन्होंने रिहाई मिल गई, सज़ा जिहड़ी है संविधान मुताबक बनती, सज़ा पूरी करन तो बाद भी उस तो बाद सज़ा भुगतण तो बाद भी रिहा नहीं किया जाता। पुलिस ने क्योंकि चार्जशीट पेश कर रही है तो बहुते मामलों में इदा भी देखने को मिल रहा कि चार्जशीट ही नहीं पेश की गई ता जो होर लटकाया जाए मामले के ना दलील ना वकील से ना अपील भी किसी को अगे ही नहीं सी। धक्के नाले चाके जिन्हों मर्जी चाके एक बार लिया के पुलिस एनकाउंटर करके अपनी गिनतियां बढ़ा ली। जो सिख फौजी ने उन्होंने लोह डुब पवाए जा लगता कि सारे पास्यों हमला हो रहा है एक अद्धे पास्यों। असी संघर्ष करके तो विदेशों के अपनी पगड़ी माण दवाया तो अपने देश के सानू पग तार के लोहे का टोपा पाने कहते भी टोपा तो टोपी च की फर्क है। सानू गुरु ने पग दी है दस्तार दी है तो इन्ह दस्तारा के लिए कुर्बानियां हुई। लगता है कि हुण अंदोलन के जरिए ही वह डिप्लोमेसी भी पैदा होगी ता जो सरकारां नूं जवाबदेह बनाया जाए कटहरे च खड़ा किया जाए। सानू हुण बईदीप सिद्धू वर्गे कौम के योध्या ने यह गल्लां सिखा दित्तियां कि जदों तक असी टेबल ते तकड़े नहीं हैगे जी उदों तक असी सानू किसी ने बराबर नहीं बैठण देना। जद तक साडी वोकैबलरी तकड़ी नहीं हैगी, असी बोलचाल दे विच तकड़े नहीं हैगे। ਸਤਿਕਾਲ ਦੋਸਤ, ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੱਗਾ ਮੋਰਚਾ ਲਗਾਤਾਰ ਵਿਸ਼ਾਲ ਹੁੰਦਾ ਜਾ ਰਿਹਾ। ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ। ਇਸ ਵਕਤ ਅਸੀਂ YPS ਚੌਂਕ ਦੇ ਨਜ਼ਦੀਕ ਮੌਜੂਦ ਹਾਂ। ਤਸਵੀਰਾਂ ਤੁਸੀਂ ਦੂਰ ਤੋਂ ਦੇਖ ਲਓ, ਇਹ ਲੰਬਾ ਹੁੰਦਾ ਜਾ ਰਿਹਾ ਮੋਰਚਾ ਅਤੇ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਕੁਝ ਕੁ ਪੰਡਾਲਾਂ ਤੋਂ ਅਤੇ ਹੌਲੀ ਹੌਲੀ ਇੱਕ ਲੰਮਾ ਵਿਸ਼ਾਲ ਰੂਪ ਧਾਰਨ ਕਰ ਗਿਆ ਸੀ ਤਾਂ ਉਸੇ ਤਰੀਕੇ ਦੇ ਨਾਲ ਹੁਣ ਇਹ ਵੀ ਇੱਕ ਵਿਸ਼ਾਲ ਰੂਪ ਧਾਰਨ ਕਰਦਾ ਜਾ ਰਿਹਾ। ਇੱਥੇ ਸਤਨਾਮ ਸਿੰਘ ਟਾਂਡਾ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਨੀ ਇਹਨਾਂ ਦੇ ਨਾਲ ਵੀ ਕਿਉਂਕਿ ਲਗਾਤਾਰ ਇਸ ਮੋਰਚੇ ਦੇ ਵਿੱਚ ਸ਼ਾਮਿਲ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਨੇ। ਸਤਨਾਮ ਜੀ, ਸਭ ਤੋਂ ਪਹਿਲਾਂ ਇਸ ਅੰਦੋਲਨ ਦੀ ਵਿਲੱਖਣਤਾ ਇਹ ਹੈਗੀ ਹੈ ਕਿ ਇੱਕ ਬੜੇ ਵੱਡੇ ਮੁਕਾਮ ਨੂੰ ਲੈ ਕੇ, ਬੜੇ ਵੱਡੇ ਮਸਲੇ ਨੂੰ ਲੈ ਕੇ ਜਿਹਨੂੰ ਲਗਾਤਾਰ ਵੱਖ ਵੱਖ ਸਰਕਾਰਾਂ ਵਾਅਦੇ ਕਰਕੇ ਮੁਕਰਦੀਆਂ ਰਹੀਆਂ, ਉਹਨਾਂ ਮਸਲਿਆਂ ਨੂੰ ਲੈ ਕੇ ਇਹ ਜਿਹੜਾ ਅੰਦੋਲਨ ਚੱਲ ਰਿਹਾ ਹੈਗਾ। ਅੱਜ ਜਿਨ੍ਹਾਂ ਹਾਲਾਤਾਂ 'ਚ ਅਸੀਂ ਖੜ੍ਹੇ ਹਾਂ, ਜਿਹੜੀ ਸਥਿਤੀ ਬਣੀ ਹੋਈ ਹੈ, ਲੱਗਦਾ ਕਿ ਹੁਣ ਵੀ ਇਸ ਧਰਨੇ ਤੋਂ ਬਾਅਦ ਵੀ ਉਸ ਤਰੀਕੇ ਦਾ ਅਸਰ ਜਿਹੜਾ ਸਰਕਾਰਾਂ 'ਤੇ ਪਵੇਗਾ ਜਿਹੜਾ ਅਸੀਂ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਾਂ ਕਿ ਸਿੱਖਾਂ ਲਈ ਅਲੱਗ ਕਾਨੂੰਨ ਕਿਉਂ ਹੈਗੇ, ਉਹਨਾਂ ਲਈ ਅਲੱਗ ਜਿਹੜੇ ਅੰਦੋਲਨ ਦੇ ਤਹਿਤ ਅਲੱਗ ਅਲੱਗ ਚੀਜ਼ਾਂ ਵਰਤੀਆਂ ਜਾਂਦੀਆਂ, ਉਹ ਅਲੱਗ ਕਿਉਂ ਰੱਖਿਆ ਜਾ ਰਿਹਾ, ਲੱਗਦਾ ਕਿ ਇਹਦਾ ਅਸਰ ਹੋਊਗਾ ਉਸ ਤਰੀਕੇ ਨਾਲ? ਅਸਰ ਹੋਏਗਾ ਜੀ, ਬਿਲਕੁਲ ਹੋਏਗਾ। ਅਤੇ ਕਹਿੰਦੇ ਨੇ ਵੈਰੀਆਂ ਦਾ ਰੋਣਾ ਅਤੇ ਹੈਰਾਨ ਹੋਣਾ ਬਾਕੀ ਹੈ, ਜਿੱਤ ਸਾਡੀ ਪੱਕੀ ਹੈ, ਐਲਾਨ ਹੋਣਾ ਬਾਕੀ ਹੈ। ਅਤੇ ਐਲਾਨ ਹੋਏਗਾ ਬੜੀ ਜਲਦੀ ਹੋਏਗਾ। ਅਸਲ ਦੇ ਵਿੱਚ ਗੱਲ ਕੀ ਹੈ ਕਿ ਇਹਨਾਂ ਦਾ ਸੰਵਿਧਾਨ ਸਾਨੂੰ ਜਰਾਇਮ ਪੇਸ਼ਾ ਕੌਮ ਕਹਿੰਦਾ, ਕਿ ਤਾਂ ਲੜਾਕੂ ਜੇ ਲੋਕ ਨੇ ਤਾਂ ਹਥਿਆਰ ਚੱਕੀ ਫਿਰਦੇ ਆ, ਤਾਂ ਮਤਲਬ ਇਹਨਾਂ ਨੂੰ ਤਾਂ ਤੁਸੀਂ ਕਹਿ ਲਓ ਵੀ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਪੰਥ ਦੇ ਜੰਮਿਆਂ ਨੂੰ ਤਾਂ ਨਿੱਤੇ ਜੰਗ ਨੇ, ਨਿੱਤੇ ਯੁੱਧ ਨੇ, ਨਿੱਤੇ ਇਹਨਾਂ ਦਾ ਜਿਹੜਾ ਖੜਕਾ ਦੜਕਾ ਚੱਲਦਾ ਹੀ ਰਹਿੰਦਾ ਜੀ। ਸੋ ਗੱਲ ਇਹ ਹੈ ਵੀ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਜਿਹਨਾਂ ਬੰਦਿਆਂ ਨੇ ਮਾਰਿਆ ਉਹਨਾਂ ਨੂੰ ਰਿਹਾਈ ਮਿਲ ਗਈ, ਅਤੇ ਪ੍ਰਧਾਨ ਮੰਤਰੀ ਜਿਹੜਾ 28 ਸਟੇਟਾਂ ਦਾ ਮਾਲਕ ਹੈ ਅਤੇ ਇੱਕ ਸਟੇਟ ਦੇ ਮੁੱਖ ਮੰਤਰੀ ਦੇ ਨਾਲ ਅਟੈਕ ਦੇ ਵਿੱਚ ਦੋਸ਼ੀਆਂ ਨੂੰ ਜਿਹੜੀ ਹੈ ਸਜ਼ਾ ਜਿਹੜੀ ਹੈ ਸੰਵਿਧਾਨ ਮੁਤਾਬਕ ਬਣਦੀ, ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਉਸ ਤੋਂ ਵੱਧ ਸਜ਼ਾ ਭੁਗਤਣ ਤੋਂ ਬਾਅਦ ਵੀ ਰਿਹਾ ਨਹੀਂ ਕੀਤਾ ਜਾਂਦਾ, ਸੇ ਸਾਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਇਹ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ। ਇੱਕ ਬੜੀ ਅਹਿਮ ਚੀਜ਼ ਆ, ਜਿਵੇਂ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਹਾਲ ਹੀ ਦੇ ਵਿੱਚ ਵੀ ਇਹ ਜਾਣਕਾਰੀ ਨਿਕਲੀ ਕਿ ਕੁਝ ਕੇਸ ਹਾਲੇ ਵੀ ਫਾਈਲ ਹੀ ਨਹੀਂ ਕੀਤੇ ਗਏ ਸੀਗੇ, ਤਾਂ ਜੋ ਉਹ ਫਾਈਲ ਲੇਟ ਕੀਤੇ ਜਾਣ ਤਾਂ ਜਿਹੜੀਆਂ ਰਿਹਾਈਆਂ ਨੇ ਹੋਰ ਲੇਟ ਹੋ ਜਾਣ। ਤੁਹਾਡੇ ਵੀ ਧਿਆਨ ਦੇ ਵਿੱਚ ਇਹ ਚੀਜ਼ ਹੋਣੀ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੁਲਿਸ ਨੇ ਕਿਉਂਕਿ ਚਾਰਜਸ਼ੀਟ ਪੇਸ਼ ਕਰ ਦਿੰਦੀ ਹੈ ਤਾਂ ਬਹੁਤੇ ਮਾਮਲਿਆਂ 'ਚ ਇੱਦਾਂ ਵੀ ਦੇਖਣ ਨੂੰ ਮਿਲਦਾ ਕਿ ਚਾਰਜਸ਼ੀਟ ਹੀ ਨਹੀਂ ਪੇਸ਼ ਕੀਤੀ ਗਈ ਤਾਂ ਜੋ ਹੋਰ ਲਟਕਾਇਆ ਜਾਵੇ ਮਾਮਲੇ ਨੂੰ। ਚਾਰਜਸ਼ੀਟ ਵੀ ਨਹੀਂ ਪੇਸ਼ ਕੀਤੀ ਗਈ ਅਤੇ ਦੂਜੀ ਗੱਲ ਤੱਥਾਂ ਨੂੰ ਲੁਕੋਇਆ ਗਿਆ, ਝੂਠੇ ਤੱਥ ਪੇਸ਼ ਕੀਤੇ ਗਏ, ਕਿਉਂਕਿ ਉਹ ਸਮਾਂ ਇਹੋ ਜਿਹਾ ਸੀ। ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ, ਅੱਜ ਦੀ ਡੇਟ 'ਚ ਤਾਂ ਕੁਝ ਵੀ ਕੋਈ ਅਣਹੋਣੀ ਹੁੰਦੀ ਆ। ਹੁਣ ਜੇ ਅੱਜ ਸਰਸੇ ਵਾਲਾ ਜੇਲ੍ਹ 'ਚ ਬੈਠਿਆ ਜੀ ਤਾਂ ਉਹਦਾ ਕਾਰਨ ਇਹ ਵੀ ਸੋਸ਼ਲ ਮੀਡੀਆ ਸੀ, ਉਹ ਲੜਕੀਆਂ ਨੇ ਚਿੱਠੀ ਬਿਨਾਂ ਨਾਮ ਤੋਂ ਹੀ ਭੇਜਤੀ ਚਾਹੇ, ਪਰ ਕਾਰਵਾਈ ਤਾਂ ਹੋਈ ਨਾ ਜੀ।
ਤੇ ਉਸ ਤੋਂ ਬਾਅਦ ਅੱਜ ਦੇ ਸਮੇਂ ਦੇ ਵਿੱਚ ਤਾਂ ਕੋਈ ਮੜੀ ਗੱਲ ਹੁੰਦੀ ਅਗਲਾ ਆਪਣਾ ਫੋਨ ਖੋਲ ਲੈਂਦਾ ਤੁਸੀਂ ਪਰ ਉਹ ਸਮਾਂ ਸੀ ਉਸ ਸਮੇਂ ਦੇ ਵਿੱਚ ਜਿਹੜੇ ਧੱਕੇ ਹੋਏ ਬੇਨਿਆਈਆਂ ਹੋਈਆਂ ਉਹ ਸਮਾਂ ਇਹੋ ਜਿਹਾ ਸੀ ਕਿ ਨਾ ਦਲੀਲ ਨਾ ਵਕੀਲ ਤੇ ਨਾ ਅਪੀਲ ਦੀ ਕਿਸੇ ਨੂੰ ਅੱਗੇ ਹੀ ਨਹੀਂ ਸੀ ਧੱਕੇ ਨਾਲੇ ਚੱਕ ਕੇ ਜਿਹਨੂੰ ਮਰਜ਼ੀ ਚੱਕ ਕੇ ਇੱਕ ਵਾਰੀ ਲਿਆ ਕੇ ਪੁਲਿਸ ਇਨਕਾਊਂਟਰ ਕਰਕੇ ਆਪਣੀ ਫਿੱਤੀਆਂ ਵਧਾ ਲੈਂਦੀ ਸੀ ਜੀ ਤੇ ਉਸੇ ਲਹਿਰ ਦੇ ਵਿੱਚ ਇਹ ਲੋਕ ਜਿਹੜੇ ਵਿਚਾਰੇ ਅੱਜ ਜੇਲ੍ਹਾਂ ਕੱਟ ਜਿਵੇਂ ਜ਼ਿਕਰ ਕੀਤਾ ਕਿ ਡੇਰਾ ਮੁਖੀ ਨੂੰ ਇੱਕ ਪੱਤਰ ਨੇ ਹੀ ਇਸ ਮੁਕਾਮ ਤੇ ਪਹੁੰਚਾਇਆ ਕਿ ਜੇਲ੍ਹ ਦੇ ਵਿੱਚ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਸਮੇਂ ਬਾਅਦ ਹੀ ਪੈਰੋਲ ਮਿਲ ਜਾਂਦੀ ਹੈ ਤੇ ਹੁਣ ਜਨਵਰੀ ਮਹੀਨੇ ਦੇ ਵਿੱਚ ਫਿਰ ਪੈਰੋਲ ਦਾ ਐਲਾਨ ਹੋ ਗਿਆ ਕਹਿੰਦੇ ਕਿ ਪੈਰੋਲ ਫਿਰ 40 ਦਿਨਾਂ ਦੀ ਮਿਲ ਜਾਣੀ ਮਿਲ ਗਈ ਹੈ ਜੀ ਇਹਦਾ ਕਾਰਨ ਇਹੀ ਹੈ ਜੀ ਵੀ ਸਾਨੂੰ ਇਹ ਅਹਿਸਾਸ ਕਰਾਇਆ ਜਾ ਰਿਹਾ ਕਿ ਤੁਸੀਂ ਲੋਕ ਗੁਲਾਮ ਹੋ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਬਾਰ ਬਾਰ ਕਿਉਂਕਿ ਉਹ ਲੋਕ ਜਿਹੜੇ ਵੋਟ ਬੈਂਕ ਨੇ ਉਹਨਾਂ ਦਾ ਜਿਹੜੇ ਉਹਨਾਂ ਦੇ ਵੋਟ ਬੈਂਕ ਦੀ ਰਾਜਨੀਤੀ ਦੇ ਅਨੁਕੂਲ ਨੇ ਉਹਨਾਂ ਨੂੰ ਸਮੇਂ ਅਨੁਸਾਰ ਛੱਡ ਦਿੱਤਾ ਜਾਂਦਾ ਮੌਕੇ ਅਨੁਸਾਰ ਵਰਤ ਲਿਆ ਜਾਂਦਾ ਪਰ ਅਸੀਂ ਲੋਕ ਉਹ ਹਾਂ ਕਿਉਂਕਿ ਪੰਜਾਬ ਹਮੇਸ਼ਾ ਹੀ ਹਰੇਕ ਸਰਕਾਰ ਦੇ ਹਰੇਕ ਸਿਸਟਮ ਦੇ ਖਾਸ ਕਰਕੇ ਦਿੱਲੀ ਦੀ ਸੱਤਾ ਦੇ ਉਲਟ ਭੁਗਤਿਆ ਹਮੇਸ਼ਾ ਜੀ ਤੇ ਉਹਦੇ ਕਰਕੇ ਸਾਨੂੰ ਇਹਦਾ ਖਮਿਆਜਾ ਵੀ ਭੁਗਤਣਾ ਹੀ ਪੈਣਾ ਅਤੇ ਇਹ ਸਾਨੂੰ ਭੁਗਤਣਾ ਪੈ ਰਿਹਾ ਕਿ ਅੱਜ ਸਾਡੇ ਬੰਦੀ ਸਿੰਘ ਸੰਵਿਧਾਨ ਮੁਤਾਬਕ ਬਣਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜੇਲ੍ਹਾਂ ਦੇ ਵਿੱਚ ਨੇ ਅਤੇ ਇੱਕ ਸਰਸਾ ਸਾਧ ਇੱਕ ਬਲਾਤਕਾਰੀ ਸਾਧ ਜਿਹਦੇ 'ਤੇ ਸੰਗੀਨ ਆਰੋਪ ਨੇ ਅਤੇ ਜਿਹਨੂੰ ਗ੍ਰਿਫਤਾਰ ਕਰਨ ਦੇ ਲਈ 40 ਤੋਂ ਵੱਧ ਲੋਕ ਮਰ ਜਾਂਦੇ ਆ ਜੀ ਅਤੇ ਉਹ ਫਿਰ ਵਾਰ ਵਾਰ ਪਰੋਲ 'ਤੇ ਆ ਰਿਹਾ ਵਾਰ ਵਾਰ ਛੁੱਟੀ ਕੱਟਣ ਦੇ ਲਈ ਆਪਣਾ ਪ੍ਰੋਗਰਾਮ ਵੀ ਕਰ ਰਿਹਾ ਸਾਰਾ ਕੁਝ ਅਸੀਂ ਇਹ ਕਹਿੰਦੇ ਹਾਂ ਕਿ ਬੰਦੀ ਸਿੰਘਾਂ ਨੂੰ ਤੁਸੀਂ ਰਿਹਾ ਕਰਕੇ ਦੇਖੋ ਜੇ ਦੁਬਾਰੇ ਉਹ ਮਾਹੌਲ ਨੂੰ ਕਿਸੇ ਤਰ੍ਹਾਂ ਦੀ ਤੁਹਾਡੇ ਨੂੰ ਤੁਹਾਡੇ ਸੰਵਿਧਾਨ ਮੁਤਾਬਕ ਜੇ ਕੋਈ ਵਾਇਲੇਸ਼ਨ ਹੁੰਦਾ ਤਾਂ ਤੁਸੀਂ ਉਹਨਾਂ ਨੂੰ ਦੁਬਾਰੇ ਅੰਦਰ ਕਰ ਲਿਓ ਪਰ ਤੁਸੀਂ ਤਾਂ ਪਰੇਲ ਦੇ ਕੇ ਵੀ ਰਾਜੀ ਨਹੀਂ ਤੁਸੀਂ ਛੁੱਟੀ ਦੇ ਕੇ ਵੀ ਰਾਜੀ ਨਹੀਂ ਅਸਲ ਦੇ ਵਿੱਚ ਜੇ ਉਹ ਬਾਹਰ ਆ ਗਏ ਤਾਂ ਇਹਨਾਂ ਦੀ ਸਾਰਿਆਂ ਦੀ ਕੁਰਸੀਆਂ ਖਿਸਕਣੀਆਂ ਨੇ ਜਿਸ ਕਰਕੇ ਲੋਕ ਪਰੋਲ 'ਤੇ ਸਾਈਨ ਨਹੀਂ ਕਰਕੇ ਰਾਜੀ ਉਹਨਾਂ ਨੂੰ ਛੁੱਟੀ ਦਵਾ ਕੇ ਰਾਜੀ ਨੇ ਰਿਹਾ ਕਰਾਉਣਾ ਤਾਂ ਬਹੁਤ ਵੱਡੀ ਗੱਲ ਸਤਨਾਮ ਜੀ ਇੱਕ ਬੜੀ ਅਹਿਮ ਚੀਜ਼ ਆਪਾਂ ਕਿਉਂਕਿ ਵੱਖ ਵੱਖ ਮਸਲੇ ਨੂੰ ਵੀ ਨਾਲ ਦੀ ਨਾਲ ਵਿਚਾਰਦੇ ਚੱਲੀਏ ਇੱਕ ਬੜੀ ਅਹਿਮ ਚੀਜ਼ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸਿੱਖਾਂ ਨਾਲ ਵਿਤਕਰਾ ਲਗਾਤਾਰਤਾ ਦੇ ਵਿੱਚ ਰਿਹਾ ਪਰ ਨਾਲ ਦੀ ਨਾਲ ਇੱਕ ਅਹਿਮ ਚੀਜ਼ ਇਹ ਵੀ ਦੇਖਣ ਨੂੰ ਮਿਲਦੀ ਹੈ ਕਿ ਜਿੱਦਾਂ ਹੁਣ ਪਿੱਛੇ ਲੋਹ ਟੋਪ ਜਿਹੜੇ ਪਾਉਣ ਦੀ ਗੱਲ ਚੱਲੀ ਕਿ ਫੌਜੀਆਂ ਨੂੰ ਜਿਹੜੇ ਸਿੱਖ ਫੌਜੀ ਨੇ ਉਹਨਾਂ ਨੂੰ ਲੋਹ ਟੋਪ ਪਵਾਏ ਜਾਣ ਲੱਗਦਾ ਕਿ ਸਾਰੇ ਪਾਸਿਓਂ ਹਮਲਾ ਹੋ ਰਿਹਾ ਇੱਕ ਅੱਧੇ ਪਾਸਿਓਂ ਨਹੀਂ ਇਹ ਤਾਂ ਕਰਕੇ ਹੋ ਰਿਹਾ ਜੀ ਵੀ ਵਾਰ ਵਾਰ ਆਮ ਲੋਕਾਂ ਦੇ ਵਿੱਚ ਆਮ ਪਬਲਿਕ ਦੇ ਇਹ ਸੁਨੇਹਾ ਪਜਾਇਆ ਜਾਵੇ ਜੀ ਇਹ ਤਾਂ ਪ੍ਰੋਟੈਸਟ ਕਰਦੇ ਰਹਿੰਦੇ ਹਰ ਗੱਲ ਦੇ ਲਈ ਤਾਂ ਵਿਰੋਧ ਕਰਦੇ ਆ ਸਰਕਾਰ ਦੀ ਹਰੇਕ ਗੱਲ ਨੂੰ ਨਹੀਂ ਮੰਨਦੇ ਜੇ ਤੁਸੀਂ ਯਾਰ ਹਰੇਕ ਗੱਲ ਗਲਤ ਕਰੋਗੇ ਅਸੀਂ ਕਿਉਂ ਮੰਨੀਏ ਹੁਣ ਅਸੀਂ ਸੰਘਰਸ਼ ਕਰਕੇ ਤਾਂ ਵਿਦੇਸ਼ਾਂ ਦੇ ਵਿੱਚ ਆਪਣੀ ਪਗੜੀ ਨੂੰ ਮਾਣ ਦਵਾਇਆ ਅਤੇ ਤੁਸੀਂ ਆਪਣੇ ਦੇਸ਼ ਦੇ ਵਿੱਚ ਹੀ ਸਾਨੂੰ ਪੱਗ ਤਾਰ ਕੇ ਲੋਹੇ ਦਾ ਟੋਪਾ ਪਾਉਣ ਨੂੰ ਕਹਿੰਦੇ ਵੀ ਟੋਪਾ ਤੇ ਟੋਪੀ 'ਚ ਕੀ ਫਰਕ ਹੈ ਸਾਨੂੰ ਗੁਰੂ ਨੇ ਪੱਗ ਦਿੱਤੀ ਹੈ ਦਸਤਾਰ ਦਿੱਤੀ ਹੈ ਅਤੇ ਇਹਨਾਂ ਦਸਤਾਰਾਂ ਦੇ ਲਈ ਕੁਰਬਾਨੀਆਂ ਹੋਈਆਂ ਅਤੇ ਮੈਂ ਇਹੀ ਕਹਾਂਗਾ ਕਿ ਅਸੀਂ ਕੁਰਬਾਨੀਆਂ ਦੇ ਵਿੱਚ ਤਾਂ ਮੁਰੇ ਰਹੇ ਹਾਂ ਪਰ ਡਿਪਲੋਮੈਸੀ ਦੇ ਵਿੱਚ ਅਸੀਂ ਫਾੜੀ ਹਾਂ ਜਿਹਦੇ ਕਰਕੇ ਸਾਨੂੰ ਇਹ ਚੀਜ਼ਾਂ ਭੁਗਤਣੀਆਂ ਪੈ ਰਹੀਆਂ ਨਹੀਂ ਜੇ ਸਾਡਾ ਵੱਖਰਾ ਰਾਜ ਉਸ ਵੇਲੇ ਜਦੋਂ ਸਾਨੂੰ ਮਿਲ ਰਿਹਾ ਸੀ ਲੈ ਲਿਆ ਗਿਆ ਹੁੰਦਾ ਅਤੇ ਅੱਜ ਸਾਨੂੰ ਇਹਨਾਂ ਦੇ ਕੋਲ ਹੱਥ ਅੱਡਣ ਦੀ ਲੋੜ ਨਾ ਪੈਂਦੀ ਅਸੀਂ ਆਪਣਾ ਸੰਵਿਧਾਨ ਹੁੰਦਾ ਸਾਡੇ ਆਪਣੇ ਕਾਇਦੇ ਕਾਨੂੰਨ ਹੁੰਦੇ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਹੁੰਦਾ ਲੱਗਦਾ ਕਿ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਇੱਕ ਗਲਤੀ ਹੋ ਗਈ ਡਿਪਲੋਮੇਸੀ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਕਮਜ਼ੋਰ ਰਹੇ ਹਾਂ ਬਿਲਕੁਲ ਪਰ ਹੁਣ ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਨੇ ਚੇਤਨਾ ਜਗਾਈ ਹੈ ਤਾਂ ਹੁਣ ਉਹ ਡਿਪਲੋਮੇਸੀ ਵੀ ਸਿੱਖਣੀ ਪਵੇਗੀ ਉਸ ਤਰੀਕੇ ਨਾਲ ਅਸੀਂ ਬਹੁਤੀ ਹੱਦ ਤੱਕ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਸਿੱਖ ਵੀ ਗਏ ਹਾਂ ਬਹੁਤ ਸਾਰੀਆਂ ਚੀਜ਼ਾਂ ਦੇ ਜਵਾਬ ਵੀ ਦੇ ਰਹੇ ਹਾਂ ਤਾਂ ਇੱਥੇ ਲੱਗਦਾ ਕਿ ਹੁਣ ਅੰਦੋਲਨ ਦੇ ਜ਼ਰੀਏ ਹੀ ਉਹ ਡਿਪਲੋਮੇਸੀ ਵੀ ਪੈਦਾ ਹੋਊਗੀ ਤਾਂ ਜੋ ਸਰਕਾਰਾਂ ਨੂੰ ਜਵਾਬ ਦੇ ਬਣਾਇਆ ਜਾਵੇ ਕਟਹਿਰੇ 'ਚ ਖੜਾ ਕੀਤਾ ਜਾਵੇ ਬਿਲਕੁਲ ਜੀ ਹੁਣ ਲੋਕ ਚੇਤਨ ਹੋ ਚੁੱਕੇ ਆ ਤੁਸੀਂ ਦੇਖੋ ਪਹਿਲਾਂ ਜਿਹੜੇ ਲੋਕ ਸੀ ਉਹ ਬੋਲਦੇ ਨਹੀਂ ਸੀ ਬਹੁਤ ਘੱਟ ਲੋਕ ਉੱਠਦੇ ਸੀ ਬੋਲਦੇ ਸੀ ਤੇ ਖਾਸ ਕਰਕੇ ਹੁਣ ਸਾਡੇ ਪੁਆਧ ਦੇ ਇਲਾਕੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਚੰਡੀਗੜ੍ਹ ਦੇ ਵਿੱਚ ਕਿੰਨਾ ਵੱਡਾ ਸੰਘਰਸ਼ ਲੜਿਆ ਗਿਆ ਤੇ ਉਸ ਤੋਂ ਬਾਅਦ ਹੁਣ ਅੱਜ ਜਿਹੜਾ ਕੌਮੀ ਇਨਸਾਫ਼ ਮੋਰਚਾ ਲੱਗਿਆ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਆ ਰਹੇ ਨੇ ਤੇ ਲੋਕਾਂ ਨੂੰ ਤੁਸੀਂ ਗੱਲ ਕਰਕੇ ਦੇਖੋ ਹਰ ਬੰਦਾ ਤੁਹਾਨੂੰ ਜਵਾਬ ਦੇਗਾ ਹਰ ਬੰਦਾ ਨੌਲੇਜ ਰੱਖਦਾ ਹਰ ਬੰਦਾ ਆਪਣੇ ਮਸਲਿਆਂ ਪ੍ਰਤੀ ਸੰਜੀਦਗੀ ਰੱਖਦਾ ਤੇ ਸੰਜੀਦਾ ਤੌਰ ਤੇ ਉਹ ਉਸ ਗੱਲ ਦਾ ਜਵਾਬ ਦੇਣ ਦੇ ਲਈ ਇੱਛਕ ਵੀ ਹੈਗਾ ਤੇ ਬੋਲਦਾ ਵੀ ਹੈ ਕਿਉਂਕਿ ਸਾਨੂੰ ਹੁਣ ਬਾਈਦੀਪ ਸਿੱਧੂ ਵਰਗੇ ਕੌਮ ਦੇ ਯੋਧਿਆਂ ਨੇ ਇਹ ਗੱਲਾਂ ਸਿਖਾ ਦਿੱਤੀਆਂ ਕਿ ਜਦੋਂ ਤੱਕ ਅਸੀਂ ਟੇਬਲ ਤੇ ਤਕੜੇ ਨਹੀਂ ਹੈਗੇ ਜੀ ਉਦੋਂ ਤੱਕ ਅਸੀਂ ਸਾਨੂੰ ਕਿਸੇ ਨੇ ਬਰਾਬਰ ਨਹੀਂ ਬੈਠਣ ਦੇਣਾ ਜਦ ਤੱਕ ਸਾਡੀ ਵੋਕੈਬਲਰੀ ਤਕੜੀ ਨਹੀਂ ਹੈਗੀ ਅਸੀਂ ਬੋਲਚਾਲ ਦੇ ਵਿੱਚ ਤਕੜੇ ਨਹੀਂ ਹੈਗੇ ਸਾਡਾ ਨੌਲੇਜ ਦਾ ਦਾਇਰਾ ਵੱਡਾ ਨਹੀਂ ਹੈਗਾ ਇਹਨਾਂ ਲੋਕਾਂ ਨੇ ਸਾਨੂੰ ਇਦਾਂ ਹੀ ਮੋਰਚਿਆਂ ਦੇ ਵਿੱਚ ਇਦਾਂ ਹੀ ਸੰਘਰਸ਼ਾਂ ਦੇ ਵਿੱਚ ਲਜਾ ਕੇ ਰੱਖਣਾ ਤੇ ਉਹ ਤੋਂ ਬਾਅਦ ਇਹਨਾਂ ਨੇ ਆਮ ਪਬਲਿਕ ਦੇ ਵਿੱਚ ਇਹ ਮੈਸੇਜ ਦੇਣਾ ਕਿ ਇਹ ਲੋਕ ਤਾਂ ਜੀ ਰੋਜ਼ ਸੜਕਾਂ ਜਾਮ ਕਰਕੇ ਬਹਿ ਜਾਂਦੇ ਆ ਇਹ ਲੋਕ ਤਾਂ ਰੋਜ਼ ਧਰਨੇ ਲਾ ਕੇ ਬਹਿ ਜਾਂਦੇ ਆ ਇਹ ਤਾਂ ਧਰਨੇ ਵਾਲੇ ਲੋਕ ਨੇ ਤੇ ਤਾਂ ਇਹਦੇ ਨਾਲ ਨੁਕਸਾਨ ਕੀ ਹੋਣਾ ਪੰਜਾਬ ਨੂੰ ਕਿ ਜਿਹੜੇ ਇੰਡਸਟਰੀਲਿਸਟ ਨੇ ਜੇ ਉਹ ਭੱਜਣਗੇ ਇੱਥੋਂ ਛੱਡ ਕੇ ਉਹਨਾਂ ਨੇ ਕਹਿਣਾ ਜੀ ਇਹ ਤਾਂ ਦੂਜੇ ਦਿਨ ਆ ਕੇ ਮੂਰੇ ਲਾ ਕੇ ਬਹਿ ਜਾਂਦੇ ਆ ਤੰਬੂ ਸੋ ਇਸ ਚੀਜ਼ ਦਾ ਸਾਨੂੰ ਖਮਿਆਜਾ ਭੁਗਤਣਾ ਪੈਣਾ ਪਰ ਹੁਣ ਅਸੀਂ ਕਰੀਏ ਕੀ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਜੋ ਸਾਡਾ ਬਣਦਾ ਸੀ ਉਹ ਤਾਂ ਕਰਾਂਗੇ ਹੁਣ ਜਿਵੇਂ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਥੱਲੇ ਅਸੀਂ ਉਹ ਮੋਰਚਾ ਜਿੱਤਿਆ ਜੀਰਾ ਮੋਰਚਾ ਜਿੱਤਿਆ ਕੌਮੀ ਇਨਸਾਫ਼ ਮੋਰਚਾ ਵੀ
ਆਖਰੀ ਚੀਜ਼ ਹੁਣ ਤੰਬੂ ਦੇ ਵਿੱਚ ਗੱਲ ਕਰ ਲਈ ਤੁਸੀਂ ਇੱਥੇ ਆਪਣਾ ਪੱਕਾ ਤੰਬੂ ਲਾ ਲਿਆ ਪ੍ਰਬੰਧ ਪੂਰੇ ਇਹ ਚੰਡੀਗੜ੍ਹ ਦੀ ਸੰਗਤਾਂ ਵੱਲੋਂ ਪੱਕਾ ਜਿਹੜਾ ਤੰਬੂ ਲੱਗ ਗਿਆ ਜੀ ਇੱਥੇ ਤੇ ਇਸ ਮੋਰਚੇ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜੀ ਵੀ ਸੰਗਤ ਚੰਡੀਗੜ੍ਹ ਵੱਲੋਂ ਆਏਗੀ ਜਿਹੜੇ ਵੀ ਲੋਕ ਇਸ ਮੋਰਚੇ ਦੇ ਵਿੱਚ ਹਿੱਸਾ ਬਣਨ ਦੇ ਲਈ ਆਣਗੇ ਉਹਨਾਂ ਨੂੰ ਇੱਥੇ ਰਹਿਣ ਦਾ ਪ੍ਰਬੰਧ ਚਾਹ ਪਾਣੀ ਦਾ ਵੀ ਅਸੀਂ ਸ਼ੁਰੂ ਕਰ ਦੇਵਾਂਗੇ ਤੇ ਗੁਰੂ ਕਾ ਲੰਗਰ ਜਿਹੜਾ ਉੱਥੇ ਚੱਲ ਰਿਹਾ ਉੱਥੇ ਲੰਗਰਾਂ ਦੇ ਵਿੱਚ ਵੀ ਸੰਗਤ ਸੇਵਾ ਕਰੇਗੀ ਤੇ 24 ਘੰਟੇ ਮੋਰਚੇ ਦੇ ਵਿੱਚ ਹਾਜ਼ਰੀ ਜਿਹੜੀ ਭਰੀ ਜਾਇਆ ਕਰੇਗੀ ਸਤਨਾਮ ਜੀ ਮੰਨ ਲਈਏ ਕਿ ਹੁਣ ਪੱਕਾ ਤਹੀਆ ਕਰ ਲਿਆ ਕਿ ਜਿੰਨਾ ਚਿਕਰ ਇਨਸਾਫ ਨਹੀਂ ਮਿਲਦਾ ਸਾਰੀਆਂ ਸੰਗਤਾਂ ਇੱਥੇ ਹੀ ਨੇ ਦੇਖੋ ਪਹਿਲਾਂ ਅਸੀਂ ਰੋਟੀ ਦੀ ਲੜਾਈ ਲੜੀ ਹੈ ਜੀ ਤੇ ਹੁਣ ਅਸੀਂ ਇਨਸਾਫ ਦੀ ਲੜਾਈ ਲੜਨ ਦੇ ਲਈ ਬੈਠੇ ਆ ਉਹਨਾਂ ਲੋਕਾਂ ਦੇ ਲਈ ਬੈਠੇ ਆ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਚੁੱਲ੍ਹੇ ਬਲਿਆਂ ਨੂੰ ਘੱਟੋ ਘੱਟ 10-10 20-20 ਸਾਲ ਹੋ ਗਏ ਜੀ ਉਹ ਲੋਕ ਜਿਨ੍ਹਾਂ ਦੇ ਘਰਾਂ ਦੇ ਜਿੰਦਿਆਂ ਨੂੰ ਜੰਗਾਲ ਲੱਗ ਗਿਆ ਉਹਨਾਂ ਦੀ ਲੜਾਈ ਲੜ ਰਹੇ ਆ ਤੇ ਇਸ ਤੋਂ ਇਲਾਵਾ 328 ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹਨੂੰ ਅਸੀਂ ਆਪਣਾ ਇਸ਼ਟ ਮੰਨਦੇ ਹਾਂ ਜਿਹਦੇ ਲਈ ਸਾਡੇ ਗੁਰੂ ਨੇ ਕਿਹਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਗੁਰੂ ਗ੍ਰੰਥ ਜੀ ਮਹਾਰਾਜ ਪ੍ਰਗਟ ਗੁਰਾਂ ਕੀ ਦੇਹ ਤੇ ਪ੍ਰਗਟ ਗੁਰਾਂ ਕੀ ਦੇਹ ਗਲੀਆਂ ਨਾਲੀਆਂ ਰੂੜੀਆਂ ਤੇ ਪਾੜ ਕੇ ਸਿੱਟੀ ਹੋਵੇ ਤੇ ਉਹਦਾ ਇਨਸਾਫ ਲੈਣ ਲੱਗਿਆਂ ਤੇ ਸਾਡੇ ਤੇ ਗੋਲੀਆਂ ਦੀ ਵਰਖਾ ਹੋਈ ਹੋਵੇ ਤੇ ਸਰਕਾਰ ਜਿਹੜੀ ਹੈ ਉਹ ਆਪਣੇ ਪੁਲਿਸ ਅਧਿਕਾਰੀਆਂ ਦਾ ਤੇ ਆਰਡਰ ਦੇਣ ਵਾਲਿਆਂ ਦਾ ਬਚਾਓ ਕਰਦੀ ਹੋਵੇ ਤੇ ਮੌਜੂਦਾ ਸਰਕਾਰ ਉਸੇ ਹੀ ਏਜੰਡੇ ਤੇ ਇਲੈਕਸ਼ਨ ਲੜ ਕੇ ਚੋਣ ਜਿੱਤ ਕੇ ਸੱਤਾ 'ਚ ਆਈ ਹੋਵੇ ਤੇ ਉਹ ਇਨਸਾਫ ਫੇਰ ਨਾ ਦਿੰਦੀ ਹੋਵੇ ਤੇ ਮੋਰਚਾ ਜਿਹੜਾ ਇਹ ਇਦਾਂ ਹੀ ਲੱਗਿਆ ਰਹੇਗਾ ਤੇ ਉਦੋਂ ਤੱਕ ਲੱਗਿਆ ਰਹਿਣਾ ਜਦੋਂ ਤੱਕ ਇਹ ਇਨਸਾਫ ਨਹੀਂ ਮਿਲਦਾ 328 ਸਰੂਪ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਾਪਤਾ ਹੋਏ ਸੀ ਉਹਦੇ ਦੋਸ਼ੀਆਂ ਨੂੰ ਸਜ਼ਾ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਦੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਤੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਅਹਿਮ ਮਸਲਾ ਉਹਦੀ ਜਿਹੜੀ ਮੰਗਾਂ ਜਦ ਤੱਕ ਨਹੀਂ ਮੰਨੀਆਂ ਜਾਣੀਆਂ ਮੋਰਚਾ ਚੱਕਿਆ ਨਹੀਂ ਜਾਂਦਾ ਹੁਣ ਤਾਂ ਲੋਕ ਸਿਰ ਤੇ ਕੱਪੜ ਬੰਨ ਕੇ ਆਏ ਹੋਏ ਨੇ ਕਿਉਂਕਿ ਜੇ ਅਸੀਂ ਰੋਟੀ ਲਈ ਲੜ ਸਕਦੇ ਹਾਂ ਤੇ ਅਸੀਂ ਹੱਕਾਂ ਲਈ ਵੀ ਉਨੀ ਸ਼ਿੱਦਤ ਨਾਲ ਲੜਾਂਗੇ ਬਿਲਕੁਲ ਤਾਂ ਸਤਨਾਮ ਸਿੰਘ ਟਾਂਡਾ ਨੇ ਤਮਾਮ ਗੱਲਾਂ ਦਾ ਜ਼ਿਕਰ ਕਰਦੇ ਹੋਏ ਦੱਸ ਦਿੱਤਾ ਹੈਗਾ ਕਿ ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਲੜਿਆ ਹੈਗਾ ਉਸੇ ਤਰਜ਼ ਤੇ ਹੁਣ ਇਹ ਵੀ ਅੰਦੋਲਨ ਚੱਲੇਗਾ ਤੇ ਜਿੰਨਾ ਚਿਕਰ ਰਿਹਾਈ ਨਹੀਂ ਹੁੰਦੀ ਬੰਦੀ ਸਿੰਘਾਂ ਦੀ ਤੇ ਸਿੱਖਾਂ ਦੇ ਮਸਲੇ ਹੱਲ ਨਹੀਂ ਹੁੰਦੇ ਉਹਨਾਂ ਚਿਕਰ ਇਹ ਅੰਦੋਲਨ ਬਾਦਸਤੂਰ ਜਾਰੀ ਰਹੇਗਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕੀ ਜ਼ਰੂਰ ਸਾਂਝੇ ਕਰੋ ਫਿਲਹਾਲ ਤੁਹਾਡੇ ਤੋਂ ਅੱਗੇ ਲੈਣੀ ਆ ਬਹੁਤ ਬਹੁਤ ਧੰਨਵਾਦ